अज बंदी सिंघां दी रिहाई लई खालसा मार्च का आगाज़ मोहाली तो किया गया जिस विच हजारां सिखां ने शमूलियत की। इस बारे बोलदिआं सिख आगुआं ने कहा कि हुण समां आ गया है बंदी सिंघां नूं मिल के रिहा करवाउण दा। जेकर सरकारां ने तुरंत फैसला ना लिया तो आउण वाला समां इन्हां सरकारां लई घातक होवेगा। अज खालसा मार्च नूं लैके चप्पे चप्पड़ दे पुलिस भी नज़र आई। तुसीं खुद सुणो सिख आगुआं ने मोहाली दे फेस 8 विच की कहा। ਜਿਹੜਾ ਕੌਮੀ ਇਨਸਾਫ ਮੋਰਚੇ ਦਾ ਰੋਸ ਮਾਰਚ ਅੱਜ ਅਸੀਂ 26 ਜਨਵਰੀ ਨੂੰ ਰੋਸ ਵਜੋਂ ਮਨਾ ਰਹੇ ਹਾਂ। ਇਹ ਕੌਮੀ ਇਨਸਾਫ ਮੋਰਚੇ ਦੀ ਸਟੇਜ ਤੇ ਤਕਰੀਬਨ 11 ਵਜੇ ਸ਼ੁਰੂ ਹੋਏਗਾ ਜੋ ਬਾਬਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਹੁੰਦਾ ਹੋਇਆ ਇੱਥੇ ਵਾਪਸੀ ਉਹਦੇ ਹੋਏਗੀ। ਸੋ ਸੰਗਤਾਂ ਨੂੰ ਅਪੀਲ ਹੈ ਕਿ ਆਪਣਾ ਫਰਜ਼ ਸਮਝਦੇ ਹੋਏ, ਸੰਗਤਾਂ ਨੇ ਫਰਜ਼ ਸਮਝ ਵੀ ਲਿਆ ਕਿਉਂਕਿ ਬਹੁਤ ਵੱਡੀ ਪੱਧਰ 'ਤੇ ਸੰਗਤਾਂ ਆਪ ਆਪਣੇ ਸਾਧਨਾਂ ਰਾਹੀਂ ਇੱਥੇ ਪਹੁੰਚ ਰਹੀਆਂ। ਅਸੀਂ ਕੌਮੀ ਇਨਸਾਫ ਮੋਰਚੇ ਵੱਲੋਂ ਉਹਨਾਂ ਨੂੰ ਜੀ ਆਇਆਂ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਸਰਕਾਰ ਤੋਂ ਆਪਣੇ ਹੱਕ ਲੈ ਚੁੱਕੀ ਹੈ। ਅੱਜ ਕੌਮ ਜਾਗ ਚੁੱਕੀ ਹੈ, ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਹੋਰ ਇਸ ਬੰਦੀ ਸਿੰਘਾਂ ਦੀ ਰਿਹਾਈ 'ਚ ਦੇਰੀ ਕਰੀ ਬਹੁਤ ਸੰਗਤ ਜੋਸ਼ ਹੌਸਲਾ।